ਤੁਹਾਨੂੰ ਬੇਨਤੀਆਂ ਰਹਿੰਦੀਆਂ, ਵੀਡੀਓਜ਼ ਨੂੰ ਜ਼ਰੂਰ ਸ਼ੇਅਰ ਕਰਦੇ ਰਹੋ। ਤੁਹਾਡਾ ਇਹ ਸ਼ੇਅਰ ਕਰਨਾ ਆਪਣੇ ਆਪ 'ਚ ਬਹੁਤ ਜ਼ਰੂਰੀ ਹੈ। ਗਵਰਨਮੈਂਟ ਹੋਸਪਿਟਲ ਸੈਕਟਰ 32 ਦੇ ਡਾਕਟਰਸ ਸਰਵਮੈਂਟਰੀ ਦੇ ਸੰਗਤ ਰੂਪ ਐਫਰਟਸ ਜੋ ਐਫਰਟਸ ਹੁੰਦੇ ਉਹਨੂੰ ਐਪਰੀਸ਼ੀਏਟ ਕਰ ਰਹੇ ਸੀਗੇ ਕਿ ਤੁਸੀਂ ਇੰਨਾ ਵਧੀਆ ਤਰੀਕੇ ਨਾਲ ਮੈਨੇਜ ਕਰ ਰਹੇ ਹੋ। ਵਾਰ ਵਾਰ ਬੇਨਤੀਆਂ ਕਰਦੇ ਕਿ ਕਿਰਪਾ ਕਰਕੇ ਪਲੀਜ਼, ਸਾਨੂੰ ਮੈਡੀਸਿਨ ਦੀ ਲੋੜ ਹੈ, ਸਾਨੂੰ ਇੱਥੇ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੈ, ਗਰੋਸਰੀਜ਼ ਦੀ ਲੋੜ ਹੈ, ਸਾਨੂੰ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਲੋੜ ਹੈ। ਬਾਈ ਜੀ, ਜਿਹੜਾ ਪੇਸ਼ੈਂਟ PGI 'ਚੋਂ ਲੈ ਕੇ ਆਇਆ ਸੀ ਨਾ, ਜਿਹੜੇ ਐਡੇ ਐਡੇ ਸੁੰਡ ਐਡੇ ਐਡੇ ਮੈਗਟਸ ਕਰ ਰਹੇ ਸੀਗੇ, ਇਸ ਟਾਈਮ ਉਹ 32 ਦੇ ਵਿੱਚ ਭੇਜਿਆ ਹੋਇਆ ਪਿਛਲੇ 2-3 ਦਿਨ ਤੋਂ। ਕਿਉਂ? ਕਿਉਂਕਿ ਲੱਤ ਕੱਟਣੀ ਸੀਗੀ। ਸਾਡੇ ਕੋਲ ਤਾਂ 2 ਹਫ਼ਤੇ ਹੋ ਗਏ ਡਰੈਸਿੰਗ ਹੁੰਦੇ ਹੋਏ। ਤੁਸੀਂ ਕਿਆ ਕਹਿ ਰਹੇ ਸੀ, ਡਾਕਟਰ ਕਿਆ ਕਹਿ ਰਹੇ ਹੈ? ਡਾਕਟਰ ਟੰਗ ਕੱਟਣੀ ਉਹਦੀ? ਨਹੀਂ, ਕੱਟਣੀ ਨਹੀਂ, ਟੰਗ ਬੱਜ ਜਾਏਗੀ, ਟੰਗ ਬੱਜ ਜਾਏਗੀ। ਅੱਛਾ, ਸਾਰੀ ਉਹਨਾਂ ਨੇ ਸਾਰਾ ਟੈਸਟ ਕਰਵਾਇਆ ਹੈਗਾ, ਇਨਫੈਕਸ਼ਨ ਲੈਵਲ ਕਹਿੰਦੇ ਵੀ ਆਪਾਂ ਨੂੰ ਐਪਰੀਸ਼ੀਏਟ ਕਰ ਰਹੇ ਸੀ ਬਹੁਤ। ਕਿਸ ਗੱਲ ਲਈ? ਵੀ ਜ਼ਖਮ ਤੁਸੀਂ ਇੰਨਾ ਅੱਛੀ ਤਰ੍ਹਾਂ ਮੈਨੇਜ ਕਰਕੇ ਗਵਰਨਮੈਂਟ ਹੋਸਪਿਟਲ ਸੈਕਟਰ 32 ਦੇ ਡਾਕਟਰਸ ਸਰਵਮੈਂਟਰੀ ਦੇ ਸੰਗਤ ਰੂਪ ਐਫਰਟਸ ਜੋ ਐਫਰਟਸ ਹੁੰਦੇ ਉਹਨੂੰ ਐਪਰੀਸ਼ੀਏਟ ਕਰ ਰਹੇ ਸੀਗੇ ਕਿ ਤੁਸੀਂ ਇੰਨਾ ਵਧੀਆ ਤਰੀਕੇ ਨਾਲ ਮੈਨੇਜ ਕਰ ਰਹੇ ਹੋ। ਸੰਗਤ ਜੀ, ਇਹ ਤੁਹਾਡੇ ਸਹਿਯੋਗ ਦੇ ਨਾਲ ਹੁੰਦਾ, ਤਾਂ ਹੀ ਵਾਰ ਵਾਰ ਬੇਨਤੀਆਂ ਕਰਦੇ ਕਿ ਕਿਰਪਾ ਕਰਕੇ ਪਲੀਜ਼, ਸਾਨੂੰ ਮੈਡੀਸਿਨ ਦੀ ਲੋੜ ਹੈ, ਸਾਨੂੰ ਇੱਥੇ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੈ, ਗਰੋਸਰੀਜ਼ ਦੀ ਲੋੜ ਹੈ, ਸਾਨੂੰ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਲੋੜ ਹੈ। ਉਹਨਾਂ ਨੂੰ ਸਾਰੀ ਵੀਡੀਓ ਦਿਖਾਈ ਪੁਰਾਣੀ। ਅੱਛਾ, ਪੁਰਾਣੀ ਵੀਡੀਓ ਦਿਖਾਈ 'ਚ ਕੀੜੇ ਕਿਹੜੇ ਹੋਏ? ਉਹ ਕਹਿੰਦੇ 4 ਗ੍ਰੇਡ ਦਾ ਹੈਗਾ, ਵੀ ਇੰਨੀ ਜਲਦੀ ਰਿਕਵਰੀ, ਅਸੀਂ ਹੈਰਾਨ ਹੋ ਗਏ ਚੀਜ਼ ਨੂੰ ਦੇਖ ਕੇ ਵੀ। ਹਾਂ, ਗਵਰਨਮੈਂਟ ਡਾਕਟਰਸ ਵੀ ਐਪਰੀਸ਼ੀਏਟ ਕਰ ਰਹੇ, ਤਾਂ ਪਲੀਜ਼ ਕਿਤੇ ਨਾ ਕਿਤੇ ਸਾਨੂੰ ਆਪਣੀ ਪਿੰਡ ਦਾ ਥਾਪ ਸਕਦੇ ਹੈ ਨਾ। ਵਧੀਆ ਐਫਰਟ ਚੱਲ ਰਿਹਾ, ਬਟ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ। ਆਲੂ, ਪਿਆਜ਼, ਟਮਾਟਰ, ਗਰੋਸਰੀਜ਼, ਟੋਇਲੇਟਰੀਜ਼, ਕਿਚਨ ਆਈਟਮਸ ਤੋਂ ਲੈ ਕੇ ਮੈਡੀਸਿਨ ਔਰ ਡਰੈਸਿੰਗ ਮਟੀਰੀਅਲ, ਹਰ ਤਰੀਕੇ ਦੀ ਸੇਵਾ ਦੀ ਲੋੜ ਹੈ ਵਾਹਿਗੁਰੂ। ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਹੋ, ਬਹੁਤ ਜ਼ਿਆਦਾ ਜ਼ਰੂਰੀ ਹੈ। ਇੱਥੇ ਅਲੱਗ ਅਲੱਗ ਤਰੀਕੇ ਦੇ ਐਫਰਟ ਲਗਾਤਾਰ ਚੱਲ ਰਹੇ ਨੇ, ਹੈ ਨਾ। ਸੋ ਤੁਹਾਨੂੰ ਬੇਨਤੀਆਂ ਰਹਿੰਦੀਆਂ, ਵੀਡੀਓਜ਼ ਨੂੰ ਜ਼ਰੂਰ ਸ਼ੇਅਰ ਕਰਦੇ ਰਹੋ। ਤੁਹਾਡਾ ਇਹ ਸ਼ੇਅਰ ਕਰਨਾ ਆਪਣੇ ਆਪ 'ਚ ਬਹੁਤ ਜ਼ਰੂਰੀ ਹੈ।